ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਯਾਨੀ ਕਿ ਜਸਵਿੰਦਰ ਮੀਆਂਪੁਰੀ ਬਾਈ ਭਿੰਦਾ ਵੱਲੋਂ। ਕਹਿੰਦੇ ਨੇ ਬਹੁਤ ਤਰੱਕੀਆਂ ਹੋਈਆਂ ਨੇ, ਬਹੁਤ ਕੁਝ ਬਦਲ ਗਿਆ, ਪਰ ਇੱਕ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਰੜਕਦੀ ਹੈ ਕਿ ਉਹ ਕਦੇ ਨਾ ਬਦਲੀ ਹੈ, ਨਾ ਬਦਲੇਗੀ, ਅਤੇ ਨਾ ਸਾਡਾ ਸਮਾਜ ਉਹਨੂੰ ਬਦਲਣਾ ਚਾਹੇਗਾ। ਉਹ ਹੈ ਸਾਡੀ ਧੀ ਦੀ ਜ਼ਿੰਮੇਵਾਰੀ। ਉਹ ਵੀ ਬਹੁਤ ਵੱਡੀ, ਆਪਣੇ ਮਾਂ ਪਿਓ ਦੀ ਲਾਜ਼ ਰੱਖਣ ਵਾਲੀ, ਇੱਜ਼ਤ ਰੱਖਣ ਵਾਲੀ ਜ਼ਿੰਮੇਵਾਰੀ। ਭਾਵੇਂ ਕਿ ਪੁੱਤਾਂ ਲਈ ਵੀ ਬਰਾਬਰ ਦਾ ਹੱਕ ਇਸ ਨੂੰ ਹੈ, ਪਰ ਪਿਓ ਦੀ ਪੱਗ, ਮਾਂ ਪਿਓ ਦੀ ਇੱਜ਼ਤ, ਇਹ ਸਾਰਾ ਕੁਝ ਬਚਾਉਣ ਲਈ, ਜਿਸ ਨੂੰ ਅਸੀਂ ਜਨਮ ਦੇ ਸਮੇਂ ਤੋਂ ਬਹੁਤ ਮਾੜਾ ਸਮਝਦੇ ਹਾਂ, ਪਰ ਇਸ ਦੁਨੀਆ 'ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਲੈ ਕੇ ਪੈਦਾ ਹੁੰਦੀ ਹੈ, ਅਤੇ ਇਸੇ ਜ਼ਿੰਮੇਵਾਰੀ ਨੂੰ ਮੁੱਖ ਰੱਖਦਿਆਂ ਮੇਰੇ ਵੱਲੋਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ, ਅਤੇ ਮੈਂ ਚਾਹੁੰਦਾ ਇਹਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਵਾਰੀ ਜ਼ਰੂਰ ਸਾਂਝਾ ਕਰਿਓ, ਜੇ ਚੰਗਾ ਲੱਗਿਆ ਤਾਂ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਤੱਕ ਵੀ ਜ਼ਰੂਰ ਪਹੁੰਚਾਇਓ। ਹੋ ਸਕਦਾ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਤੁਹਾਡੀ ਪੱਗ ਨੂੰ ਦਾਗ ਲਾਉਣ ਤੋਂ ਬਚਾ ਸਕੇ ਅਤੇ ਤੁਹਾਡੀ ਇੱਜ਼ਤ ਆਵਰੂ ਨੂੰ ਬਚਾ ਸਕੇ, ਅਤੇ ਤੁਹਾਡੀ ਧੀ ਇਹਨੂੰ ਖਿੜੇ ਮੱਥੇ ਸਵੀਕਾਰ ਕਰਕੇ ਆਪਣੇ ਆਪ ਨੂੰ ਇਹਨਾਂ ਗੱਲਾਂ 'ਤੇ ਪੂਰੀ ਅਤੇ ਖਰੀ ਉਤਰ ਕੇ ਤੁਹਾਡੀ ਇੱਜ਼ਤ ਲਈ ਅਤੇ ਤੁਹਾਡੀ ਨਾਮ ਨੂੰ, ਤੁਹਾਡੇ ਨੂੰ ਉੱਚਾ ਚੁੱਕਣ ਲਈ ਅੱਗੇ ਵੱਧ ਸਕੇ। ਅਤੇ ਮੈਂ ਵੈਸੇ ਕੁੜੀਆਂ ਦੇ ਨਾਂ 'ਤੇ ਇਹਨੂੰ ਲਿਖਿਆ ਹੈ, ਅਤੇ ਮੈਨੂੰ ਜਿੱਥੋਂ ਤੱਕ ਲੱਗਦਾ ਜਿਵੇਂ ਮੈਂ ਆਪਣੀ ਧੀ ਨੂੰ ਪੁੱਤ ਤੋਂ ਵੱਧ ਕੇ ਪਿਆਰ ਕਰਦਾ, ਤੁਸੀਂ ਵੀ ਕਰਦੇ ਹੋਵੋਗੇ। ਅਤੇ ਇਹ ਕੁੜੀਆਂ ਲਈ ਲਿਖਿਆ, ਪਰ ਮੁੰਡਿਆਂ ਲਈ ਵੀ ਬਰਾਬਰ ਦਾ ਹੱਕ ਹੈ ਇਹਨਾਂ ਗੱਲਾਂ 'ਤੇ, ਬਰਾਬਰ ਦੀ ਜ਼ਿੰਮੇਵਾਰੀ ਹੈ। ਅਤੇ ਜ਼ਿਆਦਾ ਗੱਲ ਲੰਮੀ ਨਾ ਹੋ ਜਾਏ ਤਾਂ ਮੈਂ ਸ਼ੁਰੂ ਕਰ ਦਿੰਦਾ ਨਿਮਾਣੀ ਜੀ ਕੋਸ਼ਿਸ਼। ਤੁਸੀਂ ਇੱਕ ਧੀ ਹੋਣ ਦੇ ਨਾਤੇ, ਕੁੜੀ ਹੋਣ ਦੇ ਨਾਤੇ, ਆਪਣੇ ਬਾਰੇ, ਆਪਣੇ ਮਿੱਤਰਾਂ, ਸਹੇਲੀਆਂ, ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਤੋਂ ਕੀ ਸੁਣਨਾ ਪਸੰਦ ਕਰੋਗੇ? ਵੈਰੀ ਸਪੈਸ਼ਲ ਫਾਰ 14-15 ਈਅਰਸ ਟੂ 20-21 ਈਅਰਸ, ਬਹੁਤ ਰੌਚਕ ਹੈ 14-15 ਤੋਂ ਲੈ ਕੇ 20-21 ਸਾਲ ਦੀ ਉਮਰ ਦੇ ਲਈ। ਆਹ ਜਿਹੜੇ ਹਰੇ ਨੀਲੇ ਵਿਚਾਰ ਨੇ ਚੰਗੇ ਨੇ, ਅਤੇ ਲਾਲ ਥੋੜ੍ਹੇ ਮਾੜੇ ਨੇ, ਅਤੇ ਮਾੜਾ ਤਾਂ ਕੋਈ ਪਸੰਦ ਕਰਦਾ ਨਹੀਂ, ਫਿਰ ਵੀ ਮੈਂ ਲਿਖ ਦਿੱਤੇ ਨੇ। ਅਤੇ ਜਿਹਨੂੰ ਹਰੇ ਨੀਲੇ ਵਿਚਾਰ ਪਸੰਦ ਆਉਣ, ਮੇਰੀ ਹਰ ਧੀ ਨੂੰ ਬੇਨਤੀ ਹੈ ਕਿ ਇਹਨਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇ, ਅਤੇ ਆਪਣੀ ਜੋ ਸਦੀਆਂ ਤੋਂ ਚੱਲੀ ਆਈ ਜ਼ਿੰਮੇਵਾਰੀ, ਜਿਹਨੂੰ ਸਾਡਾ ਇਹ ਅਗਾਂਹ ਵਧੂ ਸਮਾਜ ਅੱਜ ਤੱਕ ਤੁਹਾਡੇ ਸਿਰ ਤੋਂ ਨਹੀਂ ਲਾ ਸਕਿਆ, ਇਹ 'ਤੇ ਪੂਰੀ ਉਤਰਨ ਦੀ ਕੋਸ਼ਿਸ਼ ਕਰੇ। ਵਿਚਾਰ ਮੇਰੇ ਦਿਲਾਂ ਦਾ ਜਜ਼ਬਾ ਹੈ, ਅਤੇ ਕੁਛ ਦੋਸਤਾਂ, ਸਾਥੀਆਂ, ਮਿੱਤਰਾਂ ਨੂੰ ਸਾਹਮਣੇ ਰੱਖ ਕੇ ਗੱਲ ਕਰਕੇ ਸੋਚਿਆ ਅਤੇ ਉਹਨਾਂ ਚੰਗਾ ਕਿਹਾ, ਅਤੇ ਅੱਜ ਆਪਾਂ ਸ਼ੇਅਰ ਕਰਨ ਲੱਗੇ ਹਾਂ। ਪਹਿਲਾ ਵਿਚਾਰ ਹੈ, ਆਹ ਕੁੜੀ ਸਭ ਦਾ ਸਤਿਕਾਰ ਕਰਦੀ ਹੈ, ਅਤੇ ਇਹਦੇ ਨਾਲ ਹੀ ਚੱਲਦਾ, ਆਹ ਕੁੜੀ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਅਤੇ ਦੂਜਾ ਵਿਚਾਰ,
ਆਹ ਕੁੜੀ ਕੱਪੜੇ ਵਧੀਆ ਢੰਗ ਨਾਲ ਪਾਉਂਦੀ ਹੈ ਅਤੇ ਨਾਲ ਹੀ ਹੈ ਆਹ ਕੁੜੀ ਨੂੰ ਕੱਪੜੇ ਪਾਉਣ ਦੀ ਅਕਲ ਨਹੀਂ। ਅੱਗੇ ਦੀ ਗੱਲ ਹੈ, ਆਹ ਕੁੜੀ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੀ ਹੈ ਅਤੇ ਨਾਲ ਹੀ ਆਹ ਕੁੜੀ ਨੇ ਮਾਂ ਪਿਓ ਦੀ ਇੱਜ਼ਤ ਮਿੱਟੀ 'ਚ ਰੋੜਤੀ। ਅੱਗੇ ਗੱਲ ਹੈ, ਆਹ ਕੁੜੀ ਬਹੁਤ ਵਧੀਆ ਪੜ੍ਹਦੀ ਹੈ ਅਤੇ ਇਹਦੇ ਨਾਲ ਹੀ ਗੱਲ ਹੁੰਦੀ ਹੈ, ਆਹ ਕੁੜੀ ਦਾ ਧਿਆਨ ਪੜ੍ਹਨ ਵੱਲ ਨਹੀਂ ਪੁੱਠੇ ਕੰਮਾਂ 'ਚ ਹੈ। ਅਤੇ ਆਮ ਗੱਲ ਹੈ, ਆਹ ਕੁੜੀ ਦੀ ਕੋਈ ਸਹੁੰ ਨਹੀਂ ਖਾਂਦਾ ਜਾਂ ਫਿਰ ਆਹ ਕੁੜੀ ਬਹੁਤ ਗਲਤ ਹੈ। ਆਹ ਕੁੜੀ ਮਾਂ ਬਾਪ ਦਾ ਨਾਂ ਉੱਚਾ ਕਰੂਗੀ, ਨਹੀਂ ਤਾਂ ਫਿਰ ਆਹ ਕੁੜੀ ਨੇ ਮਾਂ ਬਾਪ ਨੂੰ ਸਿਰ ਚੁੱਕਣ ਜੋਗਾ ਨਹੀਂ ਛੱਡਿਆ। ਇਹਦੇ ਵਰਗੀਆਂ ਕੁਝ ਗੱਲਾਂ ਹੋਰ ਨੇ ਆਹ ਕੁੜੀ ਆਪਣੇ ਮਾਂ ਪਿਓ ਦੇ ਕਹਿਣੇ 'ਚ ਹੈ ਜਾਂ ਫਿਰ ਆਹ ਕੁੜੀ ਨੂੰ ਘਰ ਵਿੱਚ ਕਿਸੇ ਦਾ ਡਰ ਨਹੀਂ। ਆਹ ਕੁੜੀ ਫਾਲਤੂ ਕਿਸੇ ਨਾਲ ਗੱਲ ਨਹੀਂ ਕਰਦੀ, ਆਹ ਕੁੜੀ ਹਰ ਕਿਸੇ ਨਾਲ ਮੂੰਹ ਮਾਰਦੀ ਹੈ, ਆਹ ਕੁੜੀ ਆਪਣੇ ਘਰ ਦੇ ਹਾਲਾਤ ਸਮਝਦੀ ਹੈ, ਆਹ ਕੁੜੀ ਨੂੰ ਸਿਰਫ ਆਪਣੀ ਐਸ ਪ੍ਰਸਤੀ ਦਿਖਦੀ ਹੈ, ਆਹ ਕੁੜੀ ਦੀ ਕਦੇ ਕਿਸੇ ਤੋਂ ਗੱਲ ਨਹੀਂ ਸੁਣੀ, ਆਹ ਕੁੜੀ ਦੀ ਕੋਈ ਇੱਜ਼ਤ ਨਹੀਂ ਹੈ। ਅਤੇ ਲਾਸਟ ਗੱਲ ਜਿਹੜੀ ਮੈਂ ਕਹਿਣ ਲੱਗਿਆ, ਇਹ 'ਤੇ ਬਹੁਤ ਧਿਆਨ ਦਿਓ, ਆਹ ਕੁੜੀ ਬਹੁਤ ਸਮਝਦਾਰ ਹੈ, ਆਪਣਿਆਂ ਦਾ ਕਹਿਣਾ ਮੰਨਦੀ ਹੈ, ਨਹੀਂ ਤਾਂ ਫਿਰ ਆਹ ਕੁੜੀ ਬੇਅਕਲ ਹੈ, ਕੋਈ ਚੰਗੀ ਗੱਲ ਦੱਸੇ ਤਾਂ ਵੱਢ ਖਾਣ ਨੂੰ ਪੈਂਦੀ ਹੈ। ਦੋਸਤੋ, ਇਹ ਗੱਲਾਂ ਤਾਂ ਆਮ ਹੁੰਦੀਆਂ ਨੇ ਪਰ ਬਹੁਤ ਖਾਸ ਨੇ। ਹਰ ਮਾਂ ਬਾਪ ਆਪਣੇ ਬੱਚਿਆਂ ਬਾਰੇ ਚੰਗਾ ਸੋਚਦਾ ਹੈ ਅਤੇ ਸਮਾਜ ਤੋਂ ਉਮੀਦ ਰੱਖਦਾ ਕਿ ਉਹਨਾਂ ਦੇ ਬੱਚਿਆਂ ਬਾਰੇ ਜੋ ਆਵਾਜ਼ ਨਿਕਲੇ ਸਮਾਜ 'ਚੋਂ ਚੰਗੀ ਆਵੇ। ਗੱਲਾਂ ਤਾਂ ਇਹ ਸਾਰੀਆਂ ਮੁੰਡਿਆਂ ਲਈ ਵੀ ਨੇ ਪਰ ਅਸੀਂ ਆਪਣੇ ਧੀ ਦੇ ਸਿਰ 'ਤੇ ਰੱਖੀਏ ਜ਼ਿੰਮੇਵਾਰੀ ਨੂੰ ਅੱਜ ਤੱਕ ਬਦਲ ਨਹੀਂ ਸਕੇ। ਇਸੇ ਕਰਕੇ ਮੈਂ ਕਿ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਡੀਆਂ ਧੀਆਂ ਆਪਣੀ ਇਸ ਵੱਡਮੁੱਢਲੀ ਜ਼ਿੰਮੇਵਾਰੀ ਨੂੰ ਸਮਝ ਕੇ ਬਹੁਤਾ ਤੋਂ ਬਹੁਤਾ ਇਸ ਜ਼ਿੰਮੇਵਾਰੀ 'ਤੇ ਖਰਾ ਉਤਰ ਸਕਣ ਅਤੇ ਇਹ ਕਹਿਣ ਸਕਣ ਕਿ ਮਾਂ ਪਿਓ ਦੀ ਇੱਜ਼ਤ ਦੀ ਜ਼ਿੰਮੇਵਾਰੀ ਤਾਂ ਮੇਰੀ ਹੈ, ਮੁੰਡਿਆਂ ਦੀ ਕਾਹਦੀ। ਅਤੇ ਗਰੂਰ ਨਾਲ ਕਹਿ ਦੇਣ ਕਿ ਮੈਂ ਆਪਣੇ ਮਾਂ ਪਿਓ ਦੀ ਇੱਜ਼ਤ ਦੀ ਜ਼ਿੰਮੇਵਾਰੀ ਨੂੰ ਨਿਭਾ ਕੇ ਚੱਲੀ ਹਾਂ ਘਰੋਂ। ਅਤੇ ਇਸ ਲਈ ਇਹ ਨਿਮਾਣੇ ਜੇ ਨੇ ਜਸਵਿੰਦਰ ਮੀਆਂਪੁਰੀ ਜਾਣੀ ਕਿ ਬਾਈ ਭਿੰਦਾ ਨੇ ਅੱਜ ਇਹ ਚੰਦ ਲਾਈਨਾਂ ਤੁਹਾਡੇ ਰੂਬਰੂ ਕੀਤੀਆਂ ਨੇ ਅਤੇ ਮੈਂ ਚਾਹੁੰਦਾ ਹਰ ਮਾਂ ਪਿਓ ਇਹਨੂੰ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰੇ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਵੀ ਜ਼ਰੂਰ ਸ਼ੇਅਰ ਕਰਿਓ। ਸਤਿ ਸ਼੍ਰੀ ਅਕਾਲ ਦੋਸਤੋ, ਨਿਮਾਣੀ ਜੀ ਕੋਸ਼ਿਸ਼ ਸਵੀਕਾਰ ਕਰਿਓ।